ਸਾਧ ਸੰਗਤ ਜੀ ਸਾਰੀਆਂ ਸੰਗਤਾਂ ਧੰਨ ਸੰਤ ਮਹਾਰਾਜ ਧੰਨ ਧੰਨ ਸੰਤ ਬਾਬਾ ਈਸ਼ਾ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਕਾਰਕ ਮਹਾਂਪੁਰਸ਼ਾਂ ਦੀ ਚਲਾਹੀ ਉਚਾਲੀ ਅਨੁਸਾਰ ਧਨੀ ਸਾਹਿਬ ਵੀ ਟੇਕ ਪੜੀਏ ਅਤੇ ਨਾਲ ਦੀ ਨਾਲ ਭਾਈ ਵਿਚਾਰ ਕੀਤੀ ਜਾਵੇਗੀ ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰ ਸ਼ਰਨ ਪਰਿਓ ਦਰਬਾਰ ਸੁਆਮੀ ਸ਼ਰਨ ਪਰਿਓ ਦਰਬਾਰ ਸੁਆਮੀ ਸ਼ਰਨ ਪਰਿਓ ਸ਼ਰਨ ਪਰਿਓ ਦਰਬਾਰ
ਹਰਨ ਪਰਿਓ ਦਰਬਾਰ ਕੋਟ ਬਰਾਦ ਖੰਡਨ ਕੇ ਦਾਤੇ ਤੁਟ ਬਿਨ ਕਾਨੂੰ ਧਾਰੇ ਕੋਟ ਕੋਟ ਬਹੁ ਪ੍ਰਕਾਰ ਸਰਬ ਅਤ ਵਿਚਾਰੇ ਸਾਧ ਸੰਗ ਕਰਮ ਕਤਬਾਈਐ ਮਾਇਆ ਰਟ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਭ ਜਨ ਮਿਲੇ ਪਿਆਰੇ ਨਾਨਕ ਅੰਧ ਕਰੇ ਹਰ ਜਪ ਜਪ ਸਗਲੇ ਰੋਗਨ ਵਾਲੇ ਸੁਆਮੀ ਚਰਨ ਪ੍ਰਿਓ ਦਰਬਾਰ
ਸੰਗਤ ਜੀ ਸਾਰੀਆਂ ਸੰਗਤਾਂ ਜਿਤਨੇ ਵੀ ਪ੍ਰੇਮੀ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਭਗਤ ਰਵਿਦਾਸ ਜੀਆਂ ਦੇ ਪਵਿੱਤਰ ਅਸਥਾਨ ਦੇ ਉੱਤੇ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਬਣੇ ਸਥਾਨ ਦੇ ਉੱਤੇ
ਕਹਿਣ ਸਾਹਿਬ ਸਤਿਗੁਰੂ ਧੰਨ ਧੰਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜਿਤਨੇ ਵੀ ਪ੍ਰੇਮੀ ਪਹੁੰਚੇ ਆ ਸਾਰੀਆਂ ਸੰਗਤਾਂ ਦੇ ਬਹੁਤ ਹੀ ਸ੍ਰੇਸ਼ਟ ਕਰਮ ਹਨ ਜਿਨ੍ਹਾਂ ਨੂੰ ਘੋਰ ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਅਮੋਲਕ ਸਵਾਸਾਂ ਨੂੰ ਸਫਲਿਆ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੋਆਨੰਦ ਲਾਲ ਜੀ ਜਿਨ੍ਹਾਂ ਦੇ ਉੱਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਅਪਾਰ ਬਖਸ਼ ਸੀ ਉਹ ਆਪਣੀਆਂ ਗਜ਼ਲਾਂ ਦੇ ਵਿੱਚ ਬਚਨ ਕਰਦੇ ਹੈ ਉਮਰ ਉਹਾ ਵਿੱਚ ਲਿਖੇ ਦੇ ਕਹਿੰਦੇ ਇਸ ਇਨਸਾਨ ਦੀ ਉਹੀ ਉਮਰ ਲੇਖੇ ਦੇ ਵਿੱਚ ਹੈ ਕਿਹੜੀ ਜਿਹੜੀ ਘਰ ਦੇ ਧੰਦੇ ਧੰਧਾਰ ਦੁਨਿਆਵੀ ਕਾਰੋਬਾਰਾਂ ਵਿੱਚ ਬਤੀਤ ਹੋ ਗਈ ਕਹਿੰਦੇ ਨਾ ਭਾਈ ਨਾ ਧਨ ਪਦਾਰਥ ਇਕੱਤਰਤ ਕਰਦਿਆਂ ਜਿਹੜੀ ਬਤੀਤ ਹੋ ਗਈ ਕਹਿੰਦੇ ਨਾ ਭਾਈ ਨਾ ਕਿਸੇ ਨਾਲ ਈਰਖਾ ਕਰਦਿਆਂ ਚੁਗਲੀਆਂ ਕਰਦਿਆਂ ਨਿੰਦਿਆ ਕਰਦਿਆਂ ਕਿਸੇ ਦਾ ਬੁਰਾ ਕਰਦਿਆਂ ਕਹਿੰਦੇ ਨਾ ਭਾਈ ਨਾ ਫਿਰ ਲੇਖੇ ਵਿੱਚ ਹੈ ਕਿਹੜੀ ਜੋ ਯਾਦ ਸਾਈਂ ਵਿੱਚ ਗੁਜ਼ਰੇ ਜਿਹੜੀ ਪਰਮੇਸ਼ਰ ਦੀ ਯਾਦ ਦੇ ਵਿੱਚ ਗੁਜ਼ਰਦੀ ਹੈ ਪਾਉਂਦੀ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸਾਂਝੀ ਫਜਲੇ ਤਦੇ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਾਂ ਨੂੰ ਸਾਰਿਆਂ ਨੂੰ ਮਨੁੱਖਾ ਦੇਹ ਦੀ ਕੀਮਤ ਦੱਸਦੇ ਹੈ ਇਹਦੀ ਕੀ ਕੀਮਤ ਹੈ ਤੋਂ ਕੀ ਲਾਭ ਉਠਾਉਣਾ ਜਾਂ ਏਮ ਆਫ ਦੀ ਲਾਈਫ ਤੁਹਾਡੀ ਜਿਹੜੀ ਜ਼ਿੰਦਗੀ ਹੈ ਤੁਸੀਂ ਕਾਹਦੇ ਵਾਸਤੇ ਜਿਉਣੀ ਹੈ ਭਾਈ ਪ੍ਰਾਪਤ ਮਨੁੱਖ ਦੀ ਹੋ ਰਹੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ ਇਹ ਘੱਟ 84 ਲੱਖ ਜੂਨਾਂ ਤੋਂ ਬਾਅਦ ਦੇ ਵਿੱਚ ਇਹ ਮਨੁੱਖ ਨੂੰ ਇਹ ਦੇਹੀ ਪ੍ਰਾਪਤ ਹੋਈ ਹੈ ਫਿਰ ਤਾਂ ਬਹੁਤੇ ਯੁੱਗ ਹਾਰੇ ਹੋ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨਹੀਂ ਗੁਰੂ ਸਾਹਿਬ ਦੱਸਦੇ ਨੇ ਭਾਈ ਇਹੋ ਤੇਰੀ ਵਾਰੀ ਹੈ ਗੋਬਿੰਦ
ਸੰਦੇਸ਼ ਜਿਹੜਾ ਉਪਦੇਸ਼ ਆਦਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਤੋਂ ਲੈ ਕੇ ਦਸੇ ਪਾਤਸ਼ਾਹੀਆਂ ਤੱਕ ਫਿਰ ਮੌਜੂਦਾ ਸਮੇਂ ਦੇ ਵਿੱਚ ਸ਼ਹਿਨਸ਼ਾਹ ਸਤਿਗੁਰੂ ਧੰਨ ਧੰਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰ ਰਹੇ ਨੇ, ਜਿਹੜਾ ਉਪਦੇਸ਼ ਮਹਾਤਮਾ ਪੁਰਸ਼ ਕਰਦੇ ਰਹੇ ਜਿਵੇਂ ਸੰਤ ਮਹਾਰਾਜ ਵੱਡਿਆਂ ਨੇ ਕੀਤਾ। ਭਈ ਪ੍ਰਾਪਤ ਮਾਨੁੱਖ ਦੇ ਹੋ ਰਹੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਅੱਗੇ ਬੜਾ ਕਮਾਲ ਦਾ ਵਚਨ ਕਰਦੇ ਨੇ ਗੁਰੂ ਸਾਹਿਬ, ਅਵਰ ਕਾਜ, ਜਿਹੜੇ ਰੱਬ ਦੇ ਕਾਰਜ ਨੂੰ ਛੱਡ ਕੇ ਹੋਰ ਸਾਰੇ ਹੀ ਕਾਰਜ ਨੇ, ਤੇਰਾ ਕਿਤੇ ਨਾ ਕਾਮ। ਕਹਿੰਦੇ ਪਰਲੋਕ ਦੇ ਵਿੱਚ ਜਾ ਕੇ ਪਿਆਰਿਆ, ਇਹਨਾਂ ਦੀ ਹੁੱਟੀ ਕੌਡੀ ਵੀ ਕੀਮਤ ਨਹੀਂ ਪੈਣੀ। ਸਾਧ ਸੰਗਤ ਮਿਲ ਭੱਜ ਕੇਵਲ ਨਾਮ, ਕੇਵਲ ਪਰਮੇਸ਼ਰ ਦੇ ਨਾਮ ਨੂੰ ਹੀ ਸੰਗਤ ਦੇ ਵਿੱਚ ਬੈਠ ਕੇ ਵਿਚਾਰਨਾ ਚਾਹੀਦਾ। ਪਵਿੱਤਰ ਗੁਰਬਾਣੀ ਦੀਆਂ ਵਿਚਾਰਾਂ, ਗੁਰੂ ਇਤਿਹਾਸ ਦੀਆਂ ਵਿਚਾਰਾਂ ਸਤਸੰਗਤ ਦੇ ਵਿੱਚ ਆ ਕੇ ਕਰਨੀਆਂ ਚਾਹੀਦੀਆਂ ਹਨ। ਸਤਸੰਗਤ ਕਰਨਾ ਇਹ ਜੀਵ ਦੇ ਵਾਸਤੇ ਬਹੁਤ ਜ਼ਰੂਰੀ ਹੈ। ਜਿਵੇਂ ਭਾਈ ਪਰਮਾਨੰਦ ਸਿੰਘ ਹੁਣਾਂ ਨੇ ਮਹਾਨ ਪੁਰਸਾਰਥ, ਮਹਾਨ ਉੱਦਮ, ਮਹਾਨ ਉਪਰਾਲਾ ਕਰਕੇ ਇਸ ਪਵਿੱਤਰ ਅਸਥਾਨ ਦੇ ਉੱਤੇ ਸ਼ਹਿਨਸ਼ਾਹ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕਾਰਜ ਆਰੰਭੇ ਨੇ ਸਾਧ ਸੰਗਤ ਜੀ। ਕਾਰਨ ਕੋਈ ਹੋਵੇ, ਸੰਗਤ ਨੂੰ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਪਰਲੋਕ ਦੀ ਕਰੰਸੀ ਇਹੀ ਹੈ। ਸਤਸੰਗਤ ਦੇ ਵਿੱਚੋਂ ਹੀ ਪਰਮਾਤਮਾ ਦੀ ਸੂਝ ਬੂਝ ਪ੍ਰਾਪਤ ਹੁੰਦੀ ਹੈ, ਦੇਵੀ ਗੁਣਾਂ ਦੇ ਭੰਡਾਰਿਆਂ ਦਾ ਪਤਾ ਚੱਲਦਾ ਵੀ ਇਹਨਾਂ ਨੂੰ ਇਕੱਤਰਤ ਕਿਵੇਂ ਕਰਨਾ। ਇਕੱਤਰਤ ਕਰਨੇ ਬਹੁਤ ਜ਼ਰੂਰੀ ਨੇ। ਅਸੁਰੀ ਗੁਣ ਜਿਹੜੇ ਨਿੰਦਣੀਏ ਕਰਮ ਨੇ ਉਹਨਾਂ ਨੂੰ ਤਿਆਗਣਾ ਬਹੁਤ ਜ਼ਰੂਰੀ ਹੈ, ਨਹੀਂ ਜਿਹੜੀ ਜੀਵਨ ਦੀ ਗੱਡੀ ਹੈ ਉਹ ਲੀਹ 'ਤੇ ਨਹੀਂ ਆਵੇਗੀ, ਗਿਰਾਵਟ ਆ ਜਾਵੇਗੀ, ਨਾ ਲੋਕ ਦੇ ਵਿੱਚ ਕੁਝ ਬਣੇਗਾ। ਜਿਹੜਾ ਆਪਣੀ ਰੁਚੀ ਨਿੰਦਣੀਏ ਕਰਮਾਂ ਵਿੱਚ ਰੱਖਦਾ ਹੈ ਨਾ ਪਰਲੋਕ ਦੇ ਵਿੱਚ ਕੁਝ ਬਣੇਗਾ। ਸਾਧ ਸੰਗਤ ਜੀ ਜਹਾਂਗੀਰ ਬਾਦਸ਼ਾਹ ਪੰਚਮ ਪਾਤਸ਼ਾਹ ਮਹਾਰਾਜ ਜੀਆਂ ਦੀ ਸ਼ਹੀਦੀ ਤੋਂ ਬਾਅਦ ਦੇ ਵਿੱਚ ਬੜਾ ਉਦਾਸ ਰਹਿੰਦਾ ਹੈ। ਇਹਦਾ ਇੱਕ ਵਜ਼ੀਰ ਸੀ ਜਿਹਦਾ ਨਾਮ ਸੀ ਵਜ਼ੀਰ ਖਾਂ। ਇਹਦੇ ਉੱਤੇ ਪੰਚਮ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਇਹਦਾ ਜਲੋਦਰ ਦਾ ਜਿਹੜਾ ਰੋਗ ਸੀ ਉਹਦਾ ਖਾਤਮਾ ਕੀਤਾ ਸੀ। ਭਾਈ ਭਾਗੂ ਦੇ ਰਾਹੀਂ ਜਦੋਂ ਇਹ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਜੀ ਕੀ ਪਵਿੱਤਰ ਧਰਤੀ ਉੱਤੇ ਆਇਆ, ਭਾਈ ਭਾਗੂ ਨੇ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰੋ, ਸੁਖਮਨੀ ਸਾਹਿਬ ਜੀ ਕੀ ਪਵਿੱਤਰ ਬਾਣੀ ਸੁਣ ਕੇ ਇਹਦੀ ਜਲਨ ਖਤਮ ਹੋ ਚੁੱਕੀ ਹੈ ਪਰ ਪੇਟ ਦਾ ਪਾਣੀ ਨਹੀਂ ਘਟ ਰਿਹਾ, ਇਹਦੇ ਦੁੱਖ ਤੋਂ ਇਹਨੂੰ ਨਜਾਤ ਦੇ ਦਿਓ। ਪਾਤਸ਼ਾਹ ਕਹਿਣ ਲੱਗੇ ਇਹਦੇ ਦੁੱਖ ਦਾ ਇਲਾਜ ਬਾਬਾ ਬੁੱਢਾ ਜੀਆਂ ਦੇ ਪਾਸ ਹੈ, ਜਿਹੜੇ ਸਰੋਵਰ ਦੇ ਵਿੱਚ ਕਾਰ ਸੇਵਾ ਕਰ ਰਹੇ ਨੇ ਅਤੇ ਕਰਵਾ ਰਹੇ ਨੇ। ਬਾਬਾ ਬੁੱਢਾ ਜੀਆਂ ਨੇ ਸਿਰ ਦੇ ਉੱਤੇ
ਗਾਦ ਦਾ ਜਿਹੜੀ ਗਾਦ ਹੈ ਉੱਥੇ ਉਹਦਾ ਟੋਕਰਾ ਚੁੱਕਿਆ ਹੋਇਆ। ਭਾਈ ਭਾਗੂ ਜੀਆਂ ਨੇ ਬੇਨਤੀ ਕੀਤੀ ਜਾ ਕੇ ਸਾਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਗੁਰੂ ਸਾਹਿਬਾਂ ਨੇ ਤੁਹਾਡੇ ਪਾਸ ਭੇਜਿਆ ਬਾਬਾ ਜੀ, ਇਹ ਵਜ਼ੀਰ ਖਾਂ 'ਤੇ ਕਿਰਪਾ ਕਰ ਦਿਓ, ਇਹਦੇ ਪਿੰਡ ਦਾ ਪਾਣੀ ਜਿਹੜਾ ਖਤਮ ਹੋ ਜਾਵੇ। ਬਾਬਾ ਬੁੱਢਾ ਜੀ ਜਿਹੜੇ ਬ੍ਰਹਮ ਗਿਆਨੀ ਸਨ, ਛੇ ਗੁਰੂ ਸਾਹਿਬਾਂ ਤੱਕ ਜਿਨ੍ਹਾਂ ਨੇ ਸੇਵਾ ਵੀ ਕੀਤੀ, ਦਰਸ਼ਨ ਵੀ ਕੀਤੇ, ਬੇਅੰਤ ਖੁਸ਼ੀਆਂ ਪ੍ਰਾਪਤ ਕੀਤੀਆਂ ਆਦਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਤੋਂ ਲੈ ਕੇ, ਹੱਸ ਕੇ ਕਹਿਣ ਲੱਗੇ ਵੱਡੇ ਤਾਂ ਗੁਰੂ ਸਾਹਿਬ ਹੀ ਨੇ। ਕਹਿੰਦੇ ਭਾਈ ਭਾਗੂ ਜੀ, ਗੁਰੂ ਸਾਹਿਬ ਤਾਂ ਸਾਨੂੰ ਵਡਿਆਈ ਦੇਣ ਵਾਸਤੇ ਸੰਗਤ ਨੂੰ, ਸੇਵਕਾਂ ਨੂੰ ਸਾਡੇ ਪਾਸ ਭੇਜ ਦਿੰਦੇ ਨੇ। ਸਿਰ 'ਤੇ ਚੱਕਿਆ ਹੋਇਆ ਜਿਹੜਾ ਟੋਕਰਾ ਜਾਂ ਟੋਕਰੀ, ਸਾਧ ਸੰਗਤ ਜੀ ਵਜ਼ੀਰ ਖਾਂ ਦੇ ਪੇਟ 'ਤੇ ਮਾਰੀ, ਉਹਦੇ ਪੇਟ ਦਾ ਸਾਰਾ ਪਾਣੀ ਨਿਕਲ ਗਿਆ। ਕਹਿਣ ਲੱਗੇ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਦੇਗ ਛੱਕ, ਆਪਣੇ ਧਰਮ ਦੇ ਵਿੱਚ ਪੱਕਾ ਰਹਿਣਾ, ਪਰ ਇਹ ਗੁਰੂ ਸਾਹਿਬਾਂ ਦਾ ਅਹਿਸਾਨ, ਗੁਰੂ ਸਾਹਿਬਾਂ ਦੀ ਬਖਸ਼ਿਸ਼ ਕਦੇ ਭੁੱਲਣੀ ਨਹੀਂ, ਗੁਰੂ ਘਰ ਦੇ ਨਾਲ ਵੀ ਜੁੜ ਕੇ ਰਹਿਣਾ, ਇਹ ਗੁਰੂ ਘਰ ਦੇ ਨਾਲ ਸਦਾ ਵਾਸਤੇ ਜੁੜ ਗਿਆ। ਹੁਣ ਜਦੋਂ ਜਹਾਂਗੀਰ ਬਾਦਸ਼ਾਹ ਦਾ ਮਨ ਅਸ਼ਾਂਤ ਹੈ, ਇਹ ਵਜ਼ੀਰ ਖਾਂ ਨੇ ਕਿਹਾ, ਇਹ ਬਾਦਸ਼ਾਹ ਸਲਾਮਤ, ਠੀਕ ਹੈ ਤੁਹਾਤੋਂ ਪਾਪ ਹੋ ਗਿਆ ਜਾਂ ਚੰਦੂ ਨੇ ਕਰਵਾ ਦਿੱਤਾ, ਪਰ ਹੁਣ ਉਹਨਾਂ ਦੇ ਜਿਹੜੇ ਜਾਨ ਛੀਨ ਨੇ, ਉਹਨਾਂ ਦੇ ਸਪੁੱਤਰ ਮੀਰੀ ਪੀਰ ਦੇ ਪਾਤਸ਼ਾਹ ਸ਼ਮਸ਼ੇਰੇ ਬਹਾਦਰ ਸਾਹਿਬ ਸ੍ਰੀ ਹਰਗੁਰ ਪਾਤਸ਼ਾਹ ਮਹਾਰਾਜ ਜੀਆਂ ਦੇ ਤੁਸੀਂ ਪਵਿੱਤਰ ਚਰਨਾਂ ਦੇ ਨਾਲ ਜੁੜ ਜਾਓ। ਕਹਿਣ ਲੱਗੀ ਉਹਨਾਂ ਦਾ ਮੇਲ ਮਿਲਾਪ ਕੈਸੇ ਹੋਵੇ? ਕਹਿਣ ਲੱਗਿਆ ਉਹ ਮੈਂ ਕਰਵਾ ਦੇਵਾਂਗਾ। ਸਾਧ ਸੰਗਤ ਜੀ ਤਿੰਨ ਰੂਹਾਂ ਵਿੱਚ ਪਈਆਂ, ਇੱਕ ਵਜ਼ੀਰ ਖਾਂ, ਇੱਕ ਸਾਈਂ ਮੀਆਂ ਮੀਰ ਜੀ ਜਿਹੜੇ ਸੂਫੀ ਫਕੀਰ ਸਨ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੈ। ਇੱਕ ਜਲਾਲਦੀਨ ਸ਼ਾਹੀ ਕਾਜ਼ੀ ਸੀ ਲਾਹੌਰ ਦੇ ਵਿੱਚ ਰਹਿਣ ਵਾਲਾ। ਇਹ ਤਿੰਨੇ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਗਏ, ਜਹਾਂਗੀਰ ਬਾਦਸ਼ਾਹ ਦੇ ਨਾਲ ਮੇਲ ਮਿਲਾਪ ਸਤਿਗੁਰਾਂ ਦਾ ਕਰਵਾ ਦਿੱਤਾ। ਮੇਲ ਮਿਲਾਪ ਕਾਫੀ ਹੋਇਆ। ਚੰਦੂ ਮੱਲ ਨੂੰ ਇਹ ਗੱਲ ਚੰਗੀ ਨਾ ਲੱਗੇ ਵੀ ਜਹਾਂਗੀਰ ਪਤਾ ਨਹੀਂ ਹੁਣ ਕਦੋਂ ਮੈਨੂੰ ਸਤਿਗੁਰਾਂ ਦੇ ਹਵਾਲੇ ਕਰ ਦੇਵੇ, ਸਤਿਗੁਰੂ ਮੈਨੂੰ ਬੜੀ ਬੁਰੀ ਮਾਰ ਮਾਰਨਗੇ, ਕਿਉਂਕਿ ਮੈਂ ਇਹਨਾਂ ਦੇ ਗੁਰੂ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੜੇ ਤਸੀਹੇ ਦਿੱਤੇ ਨੇ, ਉਹਦੇ ਆਪਣੇ ਜਿਹੜੇ ਪਾਪ ਸੀ ਉਹ ਕੰਬਣ ਲੱਗੇ। ਜਦੋਂ ਲਾਹੌਰ ਤੋਂ ਦਿੱਲੀ ਆਇਆ ਜਹਾਂਗੀਰ, ਇੱਕ ਨਜੂਮੀਆਂ ਖਰੀਦ ਲਿਆ ਇਹਨੇ, ਪਹਿਲਾਂ ਤਾਂ ਆਪਣਾ ਹੱਥ ਦਿਖਾਇਆ, ਆਪਣੇ ਬਾਰੇ ਪੁੱਛਿਆ, ਦੋ ਕੁ ਹੋਰ ਨਾਲ ਰਲਾ ਲਏ, ਫਿਰ ਬਾਦਸ਼ਾਹ ਨੂੰ ਕਹਿਣ ਲੱਗਿਆ ਤੁਸੀਂ ਵੀ ਪੁੱਛ ਲਓ, ਪੱਟੀ ਨੂੰ ਪਹਿਲਾਂ ਹੀ ਪੜ੍ਹਾਈ ਹੋਈ ਸੀ, ਤੂੰ ਬਾਦਸ਼ਾਹ ਨੂੰ ਵਹਿਮ ਦੇ ਵਿੱਚ ਪਾ ਦੇ ਕਿ ਇਹ ਬਾਦਸ਼ਾਹ ਸਲਾਮਤ ਤੇਰੇ ਉੱਤੇ ਸਾੜ ਸਤੀ ਆਉਣ ਵਾਲੀ ਹੈ, ਤੇਰੇ ਸਰੀਰ ਨੂੰ ਵੀ ਦੁੱਖ ਆਉਣਗੇ, ਤੇਰੇ ਰਾਜ ਨੂੰ ਵੀ ਖਤਰਾ ਹੋ ਸਕਦਾ। ਨਜੂਮੀਏ ਨੇ ਧੰਨ ਦੇ ਲਾਲਚ ਵਿੱਚ ਆ ਕੇ ਜਹਾਂਗੀਰ ਬਾਦਸ਼ਾਹ ਨੂੰ ਵਹਿਮ ਦੇ ਵਿੱਚ ਪਾ ਦਿੱਤਾ। ਕਹਿਣ ਲੱਗਿਆ
ਤੁਹਾਡੇ ਉੱਤੇ ਸਾੜ ਸਤੀ ਆਉਣ ਵਾਲੀ ਹੈ। ਬਾਦਸ਼ਾਹ ਬਹੁਤ ਘਬਰਾ ਗਿਆ, ਡਰ ਗਿਆ, ਕਹਿਣ ਲੱਗਿਆ ਹੱਲ। ਚੰਦੂ ਨੇ ਪਹਿਲਾਂ ਹੀ ਤਰਕੀਬ ਸੋਚੀ ਹੋਈ ਸੀ, ਨਜੂਮੀ ਨੂੰ ਕਹਿ ਦਿੱਤਾ ਸੀ ਤੂੰ ਕਹਿ ਦਵੀਂ ਕੋਈ ਸੱਤ ਪੁਰਸ਼ ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ ਤੁਹਾਡੇ ਵਾਸਤੇ 40 ਕੱਢੇ, 40 ਦਿਨ ਸਿਮਰਨ ਕਰੇ, ਫਿਰ ਤੁਹਾਡੀ ਸਾੜ ਸਤੀ ਟਲ ਜਾਵੇਗੀ। ਹੁਣ ਸਾਧ ਸੰਗਤ ਜੀ, ਜਹਾਂਗੀਰ ਬਾਦਸ਼ਾਹ ਕਹਿਣ ਲੱਗਿਆ ਐਸਾ ਸਤਪੁਰਸ਼ ਕਿਹੜਾ ਮਿਲੇ ਆਪਾਂ ਨੂੰ? ਚੰਦੂ ਨੇ ਦੂਸਰੇ ਅਹਿਲਕਾਰਾਂ ਤੋਂ ਕਹਾ ਦਿੱਤਾ ਕਿ 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਉਹਨਾਂ ਤੋਂ ਵੱਡਾ ਤਾਂ ਕੋਈ ਸਤਪੁਰਸ਼ ਹੋ ਨਹੀਂ ਸਕਦਾ, ਅਵਤਾਰੀ ਪੁਰਸ਼ ਨੇ, ਤੁਹਾਡੇ ਨਾਲ ਪ੍ਰੇਮ ਵੀ ਕਰਦੇ ਨੇ, ਤੁਹਾਡੇ ਵਾਸਤੇ ਉਹ 40 ਦਿਨ ਬੈਠ ਜਾਣਗੇ। ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ 6ਵੇਂ ਪਾਤਸ਼ਾਹ ਮਹਾਰਾਜ ਜੀਆਂ ਨੂੰ, ਜਹਾਂਗੀਰ ਪਾਤਸ਼ਾਹ ਜੀ, ਮਹਾਰਾਜ ਮੇਰੇ 'ਤੇ ਸਾੜ ਸਤੀ ਆਉਣ ਵਾਲੀ ਹੈ, ਕਿਉਂਕਿ ਸਤਿਗੁਰੂ ਤਾਂ ਜਾਣ ਹੀ ਜਾਣ ਸੀ। ਕਹਿਣ ਲੱਗੇ ਬਾਦਸ਼ਾਹ ਸਲਾਮ, ਤੇਰਾ ਚਿਹਰਾ ਹੀ ਦੱਸਦਾ ਹੈ, ਚਿਹਰਾ ਉਤਰਿਆ ਪਿਆ, ਰੰਗ ਪੀਲਾ ਪਿਆ ਪਿਆ, ਇਉਂ ਪ੍ਰਤੀਤ ਹੁੰਦਾ ਵੀ ਮੌਤ ਹੁਣ ਆਈ ਹੁਣ ਆਈ। ਕਹਿਣ ਲੱਗੇ ਤੂੰ ਸਾਨੂੰ ਦੱਸ ਅਸੀਂ ਤੇਰੇ ਵਾਸਤੇ ਕੀ ਕਰ ਸਕਦੇ ਹਾਂ? ਪਾਤਸ਼ਾਹ ਆਪ ਜੀ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਮੇਰੇ ਵਾਸਤੇ 40 ਦਿਨ ਦਾ ਸਿਮਰਨ ਕਰ ਦੇਵੋ। ਪਾਤਸ਼ਾਹ ਕਹਿੰਦੇ ਠੀਕ ਹੈ, ਚਲੇ ਗਏ। ਹੁਣ ਚੰਦੂ ਕਿਸੇ ਨੂੰ ਨੇੜੇ ਨਹੀਂ ਜਾਣ ਦਿੰਦਾ, ਬਾਦਸ਼ਾਹ ਆਪਣੇ ਕਾਰਜਾਂ 'ਚ ਭੁੱਲ ਗਿਆ, ਸਮਾਂ ਬਤੀਤ ਹੁੰਦਾ ਗਿਆ। ਉੱਧਰ ਮਾਤਾ ਗੰਗਾ ਜੀ ਅੰਮ੍ਰਿਤਸਰ ਸਾਹਿਬ ਜੀ ਕੀ ਪਵਿੱਤਰ ਧਰਤੀ ਉੱਤੇ ਦੀਗ ਰਹੇ ਨੇ, ਬਾਬਾ ਬੁੱਢਾ ਜੀਆਂ ਨੂੰ ਭੇਜਣਾ ਕੀਤਾ, ਬਾਬਾ ਜੀ ਤੁਸੀਂ ਜਾਓ, ਸਤਿਗੁਰਾਂ ਨੂੰ ਲੈ ਕੇ ਆਓ। ਮੁਖੀ ਮੁਖੀ ਸਿੱਖ ਗਏ। ਉੱਧਰ ਜਦੋਂ ਜਿਹੜੇ ਕਾਜ਼ੀ ਸਾਹਿਬ ਸੀ ਜਿਨ੍ਹਾਂ ਨੇ ਸੁਲਾਹ ਕਰਵਾਈ ਸੀ, ਜਲਾਲਦੀਨ ਕਾਜ਼ੀ, ਉਹ ਲਾਹੌਰ ਤੋਂ ਚੱਲ ਪਏ। ਇੱਧਰੋਂ ਜਦੋਂ ਕਿਸੇ ਨੂੰ ਚੰਦੂ ਨੇੜੇ ਨਾ ਲੱਗਣ ਦੇਵੇ, ਫਿਰ ਸਾਧ ਸੰਗਤ ਜਹਾਂਗੀਰ ਬਾਦਸ਼ਾਹ ਜਦੋਂ ਰਾਤ ਨੂੰ ਆਰਾਮ ਫਰਮਾਉਂਦਾ, ਉਹਨੂੰ ਪਵਿੱਤਰ ਰੂਹਾਂ ਦੱਬ ਲੈਂਦੀਆਂ, ਸਾਹ ਲੈਣਾ ਔਖਾ ਹੋ ਜਾਂਦਾ। ਜਹਾਂਗੀਰ ਬਾਦਸ਼ਾਹ ਘਬਰਾ ਗਿਆ, 3 ਦਿਨ ਐਵੇਂ ਹੁੰਦਾ ਰਿਹਾ। ਤੀਸਰੇ ਦਿਨ ਕੁਰਲਾ ਕੇ ਉੱਠਿਆ, ਹਕੀਮਾਂ ਨੂੰ ਬੁਲਾਇਆ, ਹਕੀਮ ਆਪਣੇ ਹਿਸਾਬ ਦੇ ਨਾਲ ਨਬਜ਼ਾਂ ਪਕੜੀ ਜਾਣ, ਆਹ ਰੋਗ ਹੋ ਸਕਦਾ, ਆਹ ਰੋਗ ਹੋ ਸਕਦਾ। ਆਖਿਰਕਾਰ ਫਿਰ ਜਿਹੜੇ ਕਾਜ਼ੀ ਸਾਹਿਬ ਸੀ ਉਹਨਾਂ ਨੇ ਕਿਹਾ, ਬਾਦਸ਼ਾਹ ਸਲਾਮਤ, ਤੂੰ ਕਿਸੇ ਸੱਤ ਪੁਰਸ਼ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਮਿੱਠੀ ਕੈਦ ਕੀਤੀ ਹੋਈ ਹੈ। ਕਹਿਣ ਲੱਗਿਆ ਮੈਂ ਐਸਾ ਅਪਰਾਧ ਕੋਈ ਨਹੀਂ ਕੀਤਾ। ਚੰਦੂ ਨੇ ਜਿਹੜੇ ਅਹਿਲਕਾਰ ਖਰੀਦੇ ਹੋਏ ਸੀ ਉਹ ਕਾਜ਼ੀ ਸਾਹਿਬ ਨੂੰ ਕਹਿ ਰਹੇ ਨੇ, ਕਾਜ਼ੀ ਸਾਹਿਬ ਤੁਸੀਂ ਇੱਧਰ ਆਓ। ਪਰ ਰੱਬ ਦੇ ਪਿਆਰੇ ਬੇਪਰਵਾਹ ਹੁੰਦੇ ਨੇ, ਪਰਵਾਹ ਨਾ ਹੀ ਕਿਸੇ ਕੇਰੀ, ਬਾ ਸੱਚੇ ਨਹਾ। ਕਦੇ ਸੰਤ ਮਹਾਰਾਜ ਵੱਡਿਆਂ ਨੇ ਐਸੇ ਵਚਨ ਕੀਤੇ ਨੇ, ਦੱਦਾ ਆਖੇ ਦੂਰ ਬੜੀ ਮੰਜ਼ਲ ਫਕੀਰਾ, ਮੰਜ਼ਲ ਫਕੀਰਾ, ਲੋਕਾਂ ਨੂੰ ਕੀ ਪਤਾ ਕਿਤੇ
ਰੱਬ ਦੇ ਨਾਲ ਖੁਦਾ ਦੇ ਨਾਲ ਪਿਆਰ ਕਰਨ ਵਾਲੇ ਸਦਾ ਬੇਪਰਵਾਹੀ ਦੇ ਵਿੱਚ ਵਿਚਰਦੇ ਹੈ। ਜਿਨ੍ਹਾਂ ਨੂੰ ਸੰਸਾਰ ਦੀ ਕੋਈ ਪਰਵਾਹ ਨਹੀਂ ਹੁੰਦੀ, ਸੰਸਾਰ ਤੋਂ ਆਪਣੇ ਆਪ ਨੂੰ ਛੁਪਾ ਕੇ ਵੀ ਰੱਖਦੇ ਹੈ, ਸਾਵਰ ਅੰਦਰ ਸਾਵਰੇ ਤਨ ਏਵੈ ਜਾ ਲੈਣ ਭਗਤ ਫਰੀਦ ਜੀ ਵਚਨ ਕਰਦੇ ਹੈ, ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇ ਨੇ ਇਸੇ ਬਚਨ ਨੇ, ਉਹ ਤਾਂ ਭੇਤ ਨਾ ਕਿਸੇ ਨੂੰ ਸਾਹਿਬ ਦੀ ਕਰਨੀ ਤੋਂ ਅਵਸਥਾ ਤੋਂ ਅਣਜਾਣ ਸਨ, ਪਰ ਉਹ ਬੇਪਰਵਾਹ ਖੁਦਾ ਦੇ ਨਾਲ ਪਿਆਰ ਕਰਨ ਵਾਲੇ ਖੁਦਾ ਦਾ ਰੂਪ ਕਾਜੀ ਜਲਾਲਦੀਨ ਜੀ, ਜਿਨ੍ਹਾਂ ਨੇ ਪਰਵਾਹ ਨਾ ਕੀਤੀ ਚੰਦੂਮਲ ਦੀ, ਦੁਬਾਰਾ ਫਿਰ ਜਹਾਂਗੀਰ ਬਾਦਸ਼ਾਹ ਨੂੰ ਕਿਹਾ, ਇੰਨੇ ਨੂੰ ਇਹਨਾਂ ਦੇ ਵਜ਼ੀਰ ਖਾਂ ਵੀ ਆ ਜਾਂਦੇ, ਜਿਹੜੇ ਗੁਰੂ ਘਰ ਦੇ ਸ਼ਰਧਾਲੂ ਸੀ, ਜਿਹਨਾਂ ਉੱਤੇ ਕਿਰਪਾ ਹੋਈ ਸੀ, ਉਹਨਾਂ ਨੇ ਵੀ ਕਿਹਾ ਤੁਸੀਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਿੰਨੇ ਲੰਮੇ ਸਮੇਂ ਤੋਂ ਗਵਾਲੀਅਰ ਦੇ ਕਿਲੇ ਵਿੱਚ ਮਿੱਠੀ ਜੇਲ੍ਹ ਕੀਤੀ ਹੋਈ ਹੈ, ਜਹਾਂਗੀਰ ਬਾਦਸ਼ਾਹ ਦੇ ਜਦੀ ਯਾਦ ਆ ਗਿਆ, ਕਿਉਂਕਿ ਭੁੱਲ ਚੁੱਕਿਆ ਸੀ, ਚੰਦੂ ਵਰਗਿਆਂ ਨੇ ਹੋਰ ਪਾਸੇ ਮਨ ਲਾਇਆ ਸੀ, ਡਰਦਿਆਂ ਨੇ ਕਿਤੇ ਸਤਿਗੁਰਾਂ ਨੂੰ ਇਹ ਕਹਿ ਕੇ ਮੈਨੂੰ ਉਹਨਾਂ ਦੇ ਹਵਾਲੇ ਨਾ ਕਰ ਦੇਣ ਕਿ ਆਪਣੇ ਪਿਤਾ ਦਾ ਬਦਲਾ ਲੈ ਲਵੋ, ਆਪਣੇ ਪਾਪਾਂ ਤੋਂ ਡਰਦੇ ਨੇ, ਇਹ ਸਾਰੀ ਸਾਹ 'ਚ ਰਚੀ ਸੀ। ਪਰ ਜਹਾਂਗੀਰ ਬਾਦਸ਼ਾਹ ਸਤਿਗੁਰਾਂ ਦਾ ਬੜਾ ਸਤਿਕਾਰ ਕਰਦਾ, ਜਦੋਂ ਗਵਾਲੀਅਰ ਦੇ ਕਿਲੇ ਵਿੱਚ ਛੱਡਣ ਗਿਆ
ਦਿੱਲੀ ਤੋਂ ਚੱਲੇ, ਪਾਤਸ਼ਾਹ ਦਾ ਪੜਾਅ ਅੱਗੇ ਅੱਗੇ, ਬਾਦਸ਼ਾਹ ਦਾ ਪਿੱਛੇ ਪਿੱਛੇ। ਮਨ 'ਚ ਖਿਆਲ ਆਇਆ, ਬਾਦਸ਼ਾਹ ਤਾਂ ਮੈਂ ਹਾਂ, ਕਿੰਨੀ ਲੁਕਾਈ ਮੇਰੇ ਅੰਡਰ ਹੈ, ਕਿੰਨੀ ਧਨ ਦੌਲਤ ਸਾਨੂੰ ਸ਼ੌਕਤ ਹੈ। ਪਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਇੱਕ ਫਕੀਰ ਹਨ, ਸਾਨੂੰ ਸੰਸਾਰ ਦੇ ਲੋਕ ਇੱਕ ਪਾਤਸ਼ਾਹ ਬਾਦਸ਼ਾਹ ਕਹਿੰਦੇ ਨੇ, ਪਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਨੇ? ਹਜੇ ਸੋਚ ਹੀ ਰਿਹਾ, ਇੱਕ ਸਿੱਖ ਆਇਆ, ਉਹਨੂੰ ਪਤਾ ਚੱਲਿਆ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਇੱਧਰ ਆਏ ਨੇ ਗਵਾਲੀਅਰ ਦੇ ਕਿਲੇ 'ਚ ਜਾਣ ਵਾਸਤੇ। ਉਹਨੇ ਸੋਚਿਆ ਪਾਤਸ਼ਾਹ ਦੇ ਘੋੜੇ ਵਾਸਤੇ ਹਰ ਹਰਾ ਘਾਹ ਲੈ ਜਾਈਏ, ਪਾਤਸ਼ਾਹ ਕਿੰਨੇ ਖੁਸ਼ ਹੋਣਗੇ। ਇੱਕ ਦਮੜਾ ਲਿਆ, ਗਰੀਬ ਘਾਹ ਹੀ ਸਿੱਖ ਨੇ, ਉਹ ਭੁਲੇਖੇ ਨਾਲ ਜਹਾਂਗੀਰ ਬਾਦਸ਼ਾਹ ਦੇ ਪੜਾਅ 'ਚ ਆ ਗਿਆ। ਅਹਿਲਕਾਰਾਂ ਨੂੰ ਕਹਿਣ ਲੱਗਿਆ, ਪਾਤਸ਼ਾਹ ਸੱਚੇ ਪਾਤਸ਼ਾਹ ਕਿੱਥੇ ਨੇ? ਉਹਨਾਂ ਨੇ ਕਿਹਾ, ਕਹਿੰਦੇ ਬਾਦਸ਼ਾਹ ਨੂੰ ਸੱਚੇ ਪਾਤਸ਼ਾਹ ਕਹਿੰਦਾ? ਕਹਿੰਦੇ ਅੰਦਰੇ ਨੇ। ਆਗਿਆ ਲਏ, ਘਾਹ ਦੀ ਪੰਡ ਰੱਖ ਕੇ ਨਾਲ ਦਮੜਾ ਰੱਖਿਆ। ਕਹਿਣ ਲੱਗਿਆ, ਪਾਤਸ਼ਾਹ ਬੜੀ ਕਿਰਪਾ ਹੋਈ, ਤੁਹਾਡੇ ਦਰਸ਼ਨ ਹੋਏ, ਕਿਉਂਕਿ ਬਹੁਤਾ ਜਾਣਦਾ ਨਹੀਂ ਸੀ। ਤੁਸੀਂ ਮੇਰਾ ਲੋਕ ਪ੍ਰਲੋਕ ਸਵਾਰ ਦਿਓ, ਪਾਤਸ਼ਾਹ ਮੇਰੇ ਅਵਗਣ ਮਾਫ ਕਰ ਦਿਓ, ਮੇਰਾ ਜਨਮ ਮਰਨ ਕੱਢ ਦਿਓ। ਬਾਦਸ਼ਾਹ ਨੂੰ ਤਰਸ ਆਇਆ ਵੀ ਇਹ ਤਾਂ ਭੁਲੇਖਾ ਖਾ ਗਿਆ, ਛੇਵੇਂ ਪਾਤਸ਼ਾਹ ਮਹਾਰਾਜਿਆਂ ਦੇ ਕੋਲ ਜਾਣਾ ਇਹਨਾਂ ਨੇ। ਉਹ ਕਹਿਣ ਲੱਗਾ, ਤੈਨੂੰ ਦੁਨੀਆਂ ਦੇ ਪਦਾਰਥਾਂ ਮੈਂ ਦੇ ਸਕਦਾ, ਪਰ ਪ੍ਰਲੋਕ ਦੇ ਵਿੱਚ ਤਾਂ ਮੇਰੀ ਵੀ ਕੋਈ ਨਹੀਂ ਚੱਲਦੀ, ਨਾ ਮੈਨੂੰ ਪ੍ਰਲੋਕ ਦਾ ਗਿਆਨ ਹੈ। ਝੱਟ ਹੀ ਦਮੜਾ ਚੱਕ ਲਿਆ, ਘਾਹ ਦੀ ਪੰਡ ਚੱਕੀ। ਕਹਿਣ ਲੱਗੇ, ਜਿਨ੍ਹਾਂ ਦੇ ਕੋਲ ਤੂੰ ਜਾਣਾ, ਛੇਵੇਂ ਪਾਤਸ਼ਾਹ ਮਹਾਰਾਜਿਆਂ ਦਾ ਪੜਾਅ ਤਾਂ ਅੱਗੇ ਹੈ। ਛੇਵੇਂ ਪਾਤਸ਼ਾਹ ਮਹਾਰਾਜਿਆਂ ਦੇ ਕੋਲ ਜਦ ਗਿਆ, ਘਾਹ ਦੀ ਪੰਡ ਰੱਖੀ, ਦਮੜਾ ਰੱਖਿਆ, ਕਹਿੰਦਾ ਪਾਤਸ਼ਾਹ ਜਿਵੇਂ ਬੜ ਜਨਮ ਨਾ
ਜਹਾਂਗੀਰ ਪਾਤਸ਼ਾਹ ਨੇ ਕਹਿਰ ਕਰ ਭੇਜਿਆ ਵੀ ਪਿੱਛੇ ਦੇਖ ਕਿਹਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਇਹ ਸਿੱਖ ਨੂੰ ਕੀ ਉੱਤਰ ਦਿੰਦੇ ਹੈ। ਦਮੜਾ ਆਪਣੇ ਪਵਿੱਤਰ ਹੱਥਾਂ ਵਿੱਚ ਪਕੜ ਕੇ ਕਹਿਣ ਲੱਗੇ ਪਿਆਰਿਆ ਨਿਹਾਲ 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 ਤੇਰੇ ਲੋਕ ਪਰਲੋਕ ਦੇ ਜ਼ਿੰਮੇਵਾਰ ਅਸੀਂ ਹਾਂ, ਤੂੰ ਚਿੰਤਾ ਨਾ ਕਰ। ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ, ਇਹ ਉਪਦੇਸ਼ ਹੋਇਆ। ਆਓ ਜਹਾਂਗੀਰ ਪਾਤਸ਼ਾਹ ਇਹ ਕੌਤਕ ਦੇਖ ਕੇ ਜਾਂ ਸੁਣ ਕੇ ਬੜਾ ਨਿਹਾਲ ਹੋਇਆ ਅਤੇ ਹੋਰ ਮਨ ਵਿੱਚ ਸ਼ਰਧਾ ਆਈ। ਇਹਨਾਂ ਗੱਲਾਂ ਤੋਂ ਪ੍ਰਭਾਵ ਸੀ, ਹੁਣ ਜਦੇ ਹੀ ਯਾਦ ਆ ਗਿਆ, ਜਦੇ ਸਾਧ ਸੰਗਤ ਜੀ ਸ਼ਾਹੀ ਹੁਕਮ ਕਰਤਾ ਪਾਤਸ਼ਾਹ ਨੂੰ ਹੁਣੇ ਹੀ ਰਿਹਾਅ ਕਰ ਦਿੱਤਾ ਜਾਵੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ। ਆਓ ਅੱਗੇ ਜਿਵੇਂ ਸਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਪ ਰਿਹਾਅ ਹੋਣਾ ਜਾਂ 52 ਰਾਜਿਆਂ ਨੂੰ ਨਜਾਤ ਦਿਵਾਉਣੀ ਹੈ, ਉਹਦੀ ਬਹੁਤ ਵਿਚਾਰ ਹੁਣ ਆਪਾਂ ਬਾਬਾ ਰਣਜੀਤ ਸਿੰਘ ਜੀ ਜਿਹੜੇ ਘਲੋਟੀ ਵਾਲੇ ਨੇ ਉਹ ਮਹਾਂਪੁਰਖ ਕਰਨਗੇ। 10-10ਵਾਂ ਸਮਾਪਤ ਹੈ, 10 ਨੇ ਅੱਗੇ ਜਾਣਾ। 10 ਇੱਥੇ ਹੀ ਖਿਮਾ ਮੰਗਦੇ ਭਾਈ, ਕਿਉਂਕਿ ਸਾਰਾ ਪਰਿਵਾਰ ਰਾੜਾ ਸਾਹਿਬ ਦੀ ਫੁਲਵਾੜੀ ਆ, ਇੱਕੋ ਹੀ ਪਰਿਵਾਰ ਹੈ। ਆਓ 10 ਨੇ ਕੀਰਤਨ ਦੀ ਸੇਵਾ, ਧੰਨ ਧੰਨ ਸੱਚਖੰਡ ਵਾਸੀ ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਰਾੜਾ ਸਾਹਿਬ ਲੰਗਰ ਵਾਲੇ ਸ਼੍ਰੀਮਾਨ ਮਹਾਰਾਜ ਜੀ, ਉਹਨਾਂ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਕਿਰਪਾ ਦੁਆਰਾ ਭਾਈ ਕੀਰਤਨ ਦੀ ਸੇਵਾ ਨਿਭਾਈ ਹੈ। ਸੇਵਾ ਨਿਭਾਉਂਦਿਆਂ ਕੋਲੋਂ ਦਾਸ ਦੇ ਕੋਲੋਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ, ਮੈਂ ਜੇ ਅਣਜਾਣਾ ਮੈਨੂੰ ਖਿਮਾ ਕਰ ਦੇਣੀਆਂ। ਆਓ ਬਾਬਾ ਜੀਆਂ ਦੀ ਰਸਨਾ ਤੋਂ ਇਲਾਹੀ ਬਾਣੀ ਦਾ ਭਾਈ ਕੀਰਤਨ ਸਰਵਣ ਕਰਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।